बिरादरी की ओर से एक मांग पत्र पुलिस कमिश्नर जालंधर के नाम एसीपी वेस्ट बरजिंदर सिंह को सौंपा गया, जिसमें उन्होंने बताया कि एक कथित नेता द्वारा सरेआम फोन पर मेघ समाज को गालियां निकालकर उनकी भावनाओं को ठेस पहुंचाई गई है और सोशल मीडिया पर इस नेता का वॉइस मैसेज तेजी से वायरल हो रहा है, जिसके चलते मेघ समाज की ओर से उक्त नेता के खिलाफ कड़ी कार्रवाई किए जाने की मांग की गई है। इस मौके पर सतगुरु कबीर संघर्ष कमेटी व गो सेवा बोर्ड के पूर्व चेयरमैन कीमती भगत, पार्षद प्रभदयाल, पार्षद ओंकार टिक्का, पार्षद बचनलाल, पार्षद राकेश गनू, पूर्व पार्षद दर्शनलाल भगत, शिवसेना अध्यक्ष सुभाष गोरिया, प्रोफेसर राजकुमार, संजीव कुमार रिंकू, विजय मिंटू, सनी भगत, मनीष भगत, शिव भगत, रमित भगत, रवि भगत, शमी भगत, सुरेंद्र भगत, जंग भगत, लाभचंद भगत, लकी भगत और वीरेंद्र काली सहित अन्य कार्यकर्ता भी मौजूद रहे। जालंधर से हलचल के लिए सुदेश भगत की रिपोर्ट। आज असी मेघ समाज के लोग भगत बरादरी के जितने भी साढ़े इतने लोकल लीडर ने वो जिहड़ी संदीप पावा नाम का एक व्यक्ति है उन्हें पूरे मेघ समाज को गालां कढ़ियां और इन्ने अपशब्द बोले ने जिहड़े सहन योग नहीं है। उन्हें बहुत ही घटिया हरकत की, जबकि साडे समाज दे विच कई तरह के बरादरियां कई तरह के मतलब धर्म रहिंदे ने, अज तक कभी इस तरह की किसी ने कोई गल नहीं की। और खास तौर पर जिहड़ा साडा मेघ समाज है वह वैसे अमन पसंद है, कभी भी उन्होंने हर धर्म की वो रिस्पैक्ट करता है और करता रहेगा और करता आया। सो असी मतलब उन्होंने मतलब जिहड़ा है उन्होंने जिहड़े अपशब्द बोले ने उन्हां उत्ते जो कानूनी कार्रवाई बनती है उस दे अनुसार असी मतलब प्रशासन को मांग की सी। प्रशासन ने अपने प्रोसैस के तहत अज एसीपी साहब को साड़ी जिहड़ी मतलब एप्लीकेशन आ गई है जिहड़ी साडे मोहतबिरां ने कराई सी और उहदे तहत जिहड़ा असी अज पुछण वास्ते आए सी कि वो साड़ी एप्लीकेशन का की बनया और उन्होंने सानू पूरा आश्वासन दवाया कि जो बनती कार्रवाई है उहदे की जाएगी। ਕਬੀਰ ਮਾਧੋ ਮੇਰੀ ਅਸੀਂ ਜੋ ਉਸ ਤੋਂ ਸੰਦੀਪ ਭਾਵਾ ਹੈ ਨਾ ਭਾਵਾ ਕੰਟਰੀ ਕਹਿੰਦੇ ਸਾਡੇ ਬਰਾਦਰੀ ਰਾਹ ਬੋਲਿਆ ਖਾਲਾ ਕੱਢਿਆ ਹੁੰਦਾ ਮੈਂ ਉਸ ਦੀ ਗੱਲ ਸੁਣ ਰਹੀ ਆ ਮੈਨੂੰ ਪ੍ਰੂਫ ਹੋ ਗਿਆ ਦਿਓ ਪ੍ਰੂਫ ਜਿਹੜੀ ਮੀਡੀ ਹੈਗੀ ਆ ਪੰਜਾਬ ਦੀ ਹੈਗੀ ਕਮਿਸ਼ਨਰ ਖਾਂਦੇ ਆ ਤੋਂ ਬਰਾਦਰੀ ਦੀ ਵੀ ਗੱਲ ਕੀਤੀ ਸੀ ਆਪਣੇ ਇਹ ਹੈ ਕਿ ਰੀਸੈਂਟਲੀ ਕੁਝ ਦਿਨ ਪਹਿਲਾਂ ਇੱਕ ਆਡੀਓ ਵਾਇਰਲ ਹੋਇਆ ਸੀ ਔਰ ਉਸ ਆਡੀਓ ਦੇ ਵਿੱਚ ਇੱਕ ਆਵਾਜ਼ ਉੱਭਰ ਕੇ ਆ ਰਹੀ ਹੈ ਜਿਹੜੀ ਭਰੋਸੇਯੋਗ ਸੂਤਰ ਤੋਂ ਸਾਨੂੰ ਪਤਾ ਲੱਗ ਗਿਆ ਕਿ ਉਹ ਆਵਾਜ਼ ਜਿਹੜੀ ਹੈ ਸੰਦੀਪ ਪਾਵਾ ਜੀ ਜਿਹੜੇ ਬਰਾੜ ਬਰਾਦਰੀ ਨੂੰ ਬਿਲੋਂਗ ਕਰਦੇ ਨੇ ਔਰ ਭਾਰੋ ਕੇ ਵਿਚਾਰ ਰਹਿੰਦੇ ਨੇ ਉਹਨਾਂ ਦੀ ਆਵਾਜ਼ ਹੈ ਔਰ ਉਸ ਆਵਾਜ਼ ਦੇ ਵਿੱਚ ਉਹ ਸਾਡੇ ਭਗਤ ਸਮਾਜ ਨੂੰ ਸਾਡੇ ਮੇਘ ਸਮਾਜ ਨੂੰ ਬੁਰੀਆਂ ਪੈੜੀਆਂ ਜਿੰਨੀਆਂ ਗੰਦੀਆਂ ਹੋ ਸਕਦੀਆਂ ਉਹ ਗਾਲਾਂ ਉਹਨਾਂ ਨੇ ਕੱਢੀਆਂ ਨੇ ਬੱਚਿਆਂ ਨੂੰ ਕੁੜੀਆਂ ਨੂੰ ਲੈ ਕੇ ਔਰ ਉਹ ਗਾਲਾਂ ਕਿਉਂ ਕੱਢੀਆਂ ਨੇ ਸਾਨੂੰ ਉਹਦਾ ਕਾਰਨ ਨਹੀਂ ਪਤਾ ਚੱਲ ਸਕਿਆ ਹਾਲੇ ਤੱਕ। ਸਾਡਾ ਭਗਤ ਸਮਾਜ ਇਹਦੇ ਨਾਲ ਆਹਤ ਹੈ, ਸਾਡਾ ਮੇਘ ਸਮਾਜ ਜਿਹੜਾ ਬਹੁਤ ਹੀ ਇੱਕ ਨਾਈਸ ਡੀਸੈਂਟ ਵੇ ਨਾਲ ਆਪਣੀ ਲਾਈਫ ਜਿਹੜੀ ਹੈ ਗੁਜ਼ਾਰਦਾ, ਬਹੁਤ ਸ਼ਰੀਫ ਲੋਕ ਜਿਹੜੇ ਆ ਉਹ ਭਾਰੋਂ ਕੰਮ 'ਚ ਰਹਿੰਦੇ ਨੇ। ਕੀਮਤੀ ਭਗਤ, ਐਕਸ ਚੇਅਰਮੈਨ ਪੰਜਾਬ ਗੋ ਸੇਵਾ ਕਮਿਸ਼ਨ ਪੰਜਾਬ ਜੰਮੂ, ਅਸੀਂ ਅੱਜ ਸਾਰੇ ਮੇਘ ਬਰਾਦਰੀ ਦੇ ਪਤਵੰਤੇ ਸੱਜਣ ਆਏ ਹਾਂ ਏ ਸੀ ਪੀ ਵੈਸਟ ਸਾਹਿਬ ਕੋਲ। ਅਤੇ ਸਾਡੀ ਬਰਾਦਰੀ ਨੂੰ ਕੁਝ ਦੋ ਤਿੰਨ ਦਿਨ ਪਹਿਲਾਂ ਕ੍ਰਾਈਮ ਪੇਸ਼ਾ ਆਦਮੀ ਜਿਹੜਾ ਸੰਦੀਪ ਕੁਮਾਰ ਹੈ ਪਾਵਾ ਹੈ, ਉਸਨੇ ਸਾਡੀ ਮੇਘ ਬਰਾਦਰੀ ਨੂੰ ਧੀਆਂ ਭੈਣਾਂ ਦੀਆਂ ਬਹੁਤ ਗੰਦੀਆਂ ਗਾਲਾਂ ਕੱਢੀਆਂ ਨੇ ਜਿਹੜੀਆਂ ਸੁਣਨ ਦੇ ਯੋਗ ਵੀ ਨਹੀਂ। ਔਰ ਅਸੀਂ ਸਾਰੇ ਪੀਸਫੁਲੀ ਲੋਕ ਹਾਂ, ਅਸੀਂ ਸਾਰੇ ਪੁਲਿਸ ਕਮਿਸ਼ਨਰ ਸਾਹਿਬ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਦੇ ਹਾਂ ਕਿ ਸੰਦੀਪ ਪਾਵਾ ਜਿਹਦੇ ਉੱਤੇ ਆਪਣਾ ਕ੍ਰਿਮੀਨਲ ਰਿਕਾਰਡ ਹੈ, ਉਸਨੇ ਮੇਘ ਬਰਾਦਰੀ ਨੂੰ, ਭਗਤ ਬਰਾਦਰੀ, ਕਬੀਰ ਪੰਥ ਸਮਾਜ ਨੂੰ ਜਿਹੜੀਆਂ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਨੇ ਉਹਦੇ ਵਾਸਤੇ ਮਾਣਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਆ ਕਿ ਇਹਦੇ ਉੱਤੇ 295 ਏ, 153 ਏ ਔਰ ਬਾਕੀ ਜਿਹੜੇ ਐਕਟ ਵੀ ਨੇ ਜਿਹੜੇ ਉਹ ਵੀ ਲਗਾ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਰਾ ਸਾਡੇ ਚੇਅਰਮੈਨ ਸਾਹਿਬ ਸੰਘਰਸ਼ ਕਮੇਟੀ ਕੀਮਤੀ ਲਾਲ ਜੀ ਨੇ ਦੱਸ ਹੀ ਦਿੱਤਾ ਹੈ ਕਿ ਮੇਘ ਸਮਾਜ ਨੂੰ ਸਿਰਫ ਸੈਨਾ ਹਿੰਦ ਦੇ ਨੇਤਾ ਜੋ ਜਿਹਦੇ ਉੱਤੇ ਆਪ ਹੀ ਅਪਰਾਧਿਕ ਮਾਮਲੇ ਦਰਜ ਨੇ ਉਹ ਮੇਘ ਸਮਾਜ ਦੀਆਂ ਭੈਣਾਂ ਨੂੰ ਧੀਆਂ ਨੂੰ ਸ਼ਰੇਆਮ ਮੋਬਾਈਲ ਦੇ ਵਟਸਐਪ ਉੱਤੇ ਗਾਲਾਂ ਕੱਢ ਰਿਹਾ ਹੈ। ਇੱਕ ਰਾਸ਼ਨ ਦੇ ਮੁੱਦੇ 'ਤੇ ਇਸ ਵਿਅਕਤੀ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ।